ਮੁੱਖ ਨਿੰਦਾ ਆਖਾਂ ਦਿਨ ਰਾਤ, ਇਹ ਜੀਵ ਦਿਨ ਰਾਤ ਆਪਣੇ ਮੂੰਹ ਚ ਨਿੰਦਿਆ ਦੇ ਸ਼ਬਦ ਹੀ ਕਥਨ ਕਰਦਾ। ਜਦੋਂ ਦੇਖੋ ਨਿੰਦਿਆ ਬਹੁਤ ਕਰਦਾ, ਬਹੁਤ ਜ਼ਿਆਦਾ, ਥੋੜੀ ਨਹੀਂ ਕਰਦਾ। ਜਿਹੜੀ ਗੱਲ ਦੇਖੀ ਨਹੀਂ, ਸੁਣੀ ਨਹੀਂ, ਵੈਸੇ ਹੀ ਕਿਸੇ ਨੇ ਕਹਿਤੀ ਆ ਕੇ, ਉੱਥੇ ਨਿੰਦਿਆ ਸ਼ੁਰੂ ਕਰ ਦਿੰਦਾ। ਨਿੰਦਾ ਦਾ ਫਾਇਦਾ ਹੁੰਦਾ ਜਿਹਦੀ ਹੁੰਦੀ ਹੈ, ਉਹਨੂੰ ਤਾਂ ਬਹੁਤ ਫਾਇਦਾ ਹੋ ਜਾਂਦਾ, ਪਰ ਜਿਹੜਾ ਕਰਦਾ ਉਹ ਸਾਰੀ ਗੰਦਗੀ ਖਾ ਜਾਂਦਾ। ਇਸ ਕਰਕੇ ਨਿੰਦਾ ਕਰਨ ਵਾਲੇ ਬਹੁਤ ਆਪ ਜ਼ਿੰਦਗੀ ਚ ਬਹੁਤ ਦੇਖੇ, ਹੁਣ ਵੀ ਦੇਖ ਰਿਹਾ ਮੈਂ ਕਈਆਂ ਨੂੰ, ਉਹਨਾਂ ਨੂੰ ਕਿਸੇ ਅਸਲੀਅਤ ਦਾ ਹੀ ਨਹੀਂ ਪਤਾ ਹੁੰਦਾ, ਕੋਈ ਗੱਲ ਹੀ ਨਹੀਂ ਪਤਾ ਹੁੰਦੀ। ਜਦੋਂ ਉਹਨਾਂ ਨੂੰ ਮਿਲ ਕੇ ਗੱਲ ਦਾ ਸਾਰਾ ਨਿਰਣਾ ਕਰੀਦਾ, ਅੱਛਾ ਜੀ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ, ਅੱਛਾ ਜੀ ਐਂ ਗੱਲ ਹੈ, ਅਸੀਂ ਤਾਂ ਪਤਾ ਨਹੀਂ ਉਹ ਫਲਾਣੇ ਨੇ ਕਿਹਾ ਇਸ ਤਰ੍ਹਾਂ ਨੇ। ਆਪਾਂ ਨੂੰ ਕੀ ਲੋੜ ਹੈ ਕਿਸੇ ਦੀ ਗੰਦਗੀ ਖਾਣ ਦੀ? ਜਿੰਨਾ ਚਿਰ ਨਿੰਦਾ ਕਰਨੀ ਉਹਨਾਂ ਚਿਰ ਇੱਕ ਜਪਜੀ ਸਾਹਿਬ ਕਰ ਲਓ, ਦੋ ਕਰ ਲਓ, ਪੰਜ ਕਰ ਲਓ, ਜੇ ਕਹੀਏ ਪਾਠ ਕਰ ਲੈ, ਪਾਠ ਨੂੰ ਟਾਈਮ ਨਹੀਂ, ਨਿੰਦਾ ਨੂੰ 4 ਘੰਟੇ ਖੜਾ ਲਓ। ਕਿਸੇ ਨਿੰਦਾ ਕਰਨ ਲਈ ਤਾਂ ਸਾਰੇ ਜਾਣੇ ਹੀ ਤਿਆਰ ਹੁੰਦੇ ਨੇ। ਜਿੰਨੀ ਨਿੰਦਾ ਕਰਾਂਗੇ ਇਹਦੇ ਚ ਦੋ ਨੁਕਸਾਨ ਹੁੰਦੇ ਨੇ, ਇੱਕ ਤਾਂ ਅਸੀਂ ਦੂਜੇ ਦੇ ਪਾਪ ਲੈਂਦੇ ਆਪਣੇ ਸਿਰ ਤੇ, ਇੱਕ ਜਿਹੜਾ ਆਪਣਾ ਨਿਤਨੇਮ ਕਰਦੇ ਹਾਂ ਇਹ ਉਹਦੇ ਕੋਲ ਚਲਿਆ ਜਾਂਦਾ ਜਿਹਦੀ ਆਪਾਂ ਨਿੰਦਾ ਕਰਦੇ ਹਾਂ। ਨਾ ਤਾਂ ਸਾਡੇ ਕੋਲ ਪੱਲੇ ਨਿਤਨੇਮ ਰਿਹਾ, ਨਾ ਸਿਮਰਨ ਰਿਹਾ, ਨਾ ਸੇਵਾ ਰਹੀ, ਤੇ ਉਲਟਾ ਉਹਦੀ ਸਾਰੀ ਗੰਦਗੀ ਸਾਡੇ ਕੋਲ ਆ ਗਈ, ਜਿੰਨੇ ਉਹਦੇ ਪਾਪ ਗੁਨਾਹ ਕੀਤੇ ਹੋਏ ਸੀ। ਉਹਦੇ ਨਾਲ ਕੀ ਹੁੰਦਾ, ਫਿਰ ਬੰਦਾ ਡਿੱਗ ਪੈਂਦਾ ਨਿੰਦਾ ਕਰਕੇ, ਬਾਅਦ ਵਿੱਚ ਪਛਤਾਉਂਦਾ। ਨਿੰਦਾ ਦਾ ਸ਼ਬਦ ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬ 13ਵੀਂ ਅਸ਼ਟਪਦੀ ਚ ਕਥਨ ਵੀ ਕੀਤਾ। ਇਸ ਕਰਕੇ ਜਿਹੜੀ ਨਿੰਦਾ ਭਲੀ, ਕਿਸੇ ਕੀ ਨਾਹੀ ਮਨਮੁਖ ਮੁਕਤ ਕਰਨ, ਲੋਕੀ ਨਿੰਦਾ ਹੀ ਕਰੀ ਜਾਂਦੇ ਨੇ, ਹਰੇਕ ਦੀ ਨਿੰਦਾ ਕਰੀ ਜਾਂਦੇ ਨੇ। ਕੁਸ਼ਚਨ ਬਖਸ਼ਿਆ ਕਦੇ? ਬਖਸ਼ਦੇ ਹੀ ਨਹੀਂ ਹੈਗੇ, ਬਥੇਰਾ ਸਮਝਾਉਣੇ ਨਿੰਦਾ ਨਾ ਕਰੋ ਨਾ ਕਰੋ, ਜਦੋਂ ਬਿਲਕੁਲ ਡਿੱਗ ਪਏ ਨਾ ਥੱਲੇ, ਫਿਰ ਆਖਣਗੇ ਹੁਣ ਕੀ ਕਰੀਏ, ਹੁਣ ਕੀ ਕਰਨਾ, ਕੁਛ ਵੀ ਨਹੀਂ ਹੋ ਸਕਦਾ। ਮਹਾਰਾਜ ਕਹੇ ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ। ਸਤਿਗੁਰੂ ਕਹਿੰਦੇ ਇਹਦੀ ਦਵਾਈ ਨਹੀਂ ਮੇਰੇ ਕੋਲ ਹੈਗੀ, ਸਾਰੀਆਂ ਦਵਾਈਆਂ ਕਰਕੇ ਦੇਖ ਲਈ ਨਿੰਦਕ ਦੀਆਂ। ਇਸ ਕਰਕੇ ਜਿਸ ਬੰਦੇ ਨੇ ਭਗਤੀ ਕਰਨੀ ਆ ਉਹ ਨਿੰਦਾ ਨਾ ਕਰੇ ਕਿਸੇ ਦੀ, ਜੇ ਨਿੰਦਾ ਕਰਦਾ ਤਾਂ ਭਗਤ ਨਹੀਂ ਹੈ। ਇਹ ਗੱਲ ਯਾਦ, ਨਿੰਦਾ ਤੇ ਭਗਤੀ ਦਾ ਕੋਈ ਮੇਲ ਹੀ ਨਹੀਂ ਆਪਸ ਵਿੱਚ। ਅਸੀਂ ਤਾਂ ਚੰਗੇ ਭਲੇ ਵਿੱਚ ਸਾਹਮਣੇ ਅੱਖਾਂ ਦੇ ਗਲਤੀ ਕਰਦਾ ਉਹਨੂੰ ਨਹੀਂ ਕੁਛ ਕਹਿੰਦੇ, ਮਹਾਤਮਾ ਜਨ ਕਹਿੰਦੇ ਕੋਈ ਨਹੀਂ ਪੜਦਾ ਢੱਕ ਲਓ। ਇਸ ਕਰਕੇ ਰੱਬ ਦੇ ਪਿਆਰ ਤਾਂ ਪੜਦੇ ਢੱਕਦੇ ਹੁੰਦੇ ਨੇ ਇੱਕ ਦੂਜੇ ਦੇ, ਨਿੰਦਾ ਨਹੀਂ ਕਰਦੇ ਹੁੰਦੇ। ਇਹ ਗੱਲ ਵੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਸਮਝਾਈ ਆ ਸੰਤਾਂ ਮਹਾਤਮਾ ਨੂੰ, ਜੇ ਨਿੰਦਾ ਹੁੰਦੀ ਹੈ ਚੰਗੀ ਹੁੰਦੀ ਆ, ਕਹਿੰਦੇ ਉਹਦਾ ਨਿਤਨੇਮ ਤੇਰੇ ਕੋਲ ਆਜੂਗਾ ਆਪਣੇ ਆਪ ਹੀ, ਉਹਦੀ ਕੀਤੀ ਕਮਾਈ ਵੀ ਤੈਨੂੰ ਮਿਲਜੂ, ਤੇਰੀ ਸਾਰੀਆਂ ਗੱਲਾਂ ਉੱਥੇ ਜਿਹੜੀਆਂ ਗਲਤ ਮਲਤ ਆ ਉੱਥੇ ਚਲੀ ਜਾਣੀ, ਲੇਖਾ ਉਹਨੂੰ ਦੇਣਾ ਪੈਣਾ। ਇਸ ਕਰਕੇ ਇਸ ਗੱਲ ਤੋਂ ਰੱਬ ਦੇ ਪਿਆਰੇ ਹਮੇਸ਼ਾ ਸਾਵਧਾਨ ਰਹਿਣ, ਜਿਹੜੀ ਗੱਲ ਅੱਖ ਨਾਲ ਵੀ ਦੇਖੀ ਆ ਨਾ ਉਸ ਗੱਲ ਉੱਤੇ ਵੀ ਪਰਦਾ ਪਾਉਣਾ, ਜਿਹਨਾਂ ਨੇ ਦੇਖ ਕੇ ਅਣਡਿੱਠ ਕੀਤਾ ਤਿਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ, ਕਹਿੰਦੇ ਦੇਖ ਕੇ ਵੀ ਚੁੱਪ ਕਰ ਜਾਓ। ਸੋ ਜਿਵੇਂ ਪਹਿਲੇ ਪਾਤਸ਼ਾਹ ਵੇਲੇ ਕੋਈ ਪਖੰਡੀ ਸਿੱਖ ਸੀ, ਕਿਸੇ ਸਿੱਖ ਦੇ ਘਰੇ ਜਾ ਵੜਿਆ, ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਆ, ਉਹ ਕਹਿੰਦੇ ਜੀ ਆਇਆ ਨੂੰ ਜੀ ਆਓ ਜੀ, ਰਾਤ ਸਮਾਇਆ। ਉਹ ਰਾਤ ਨੂੰ ਦੇਖਦਾ ਰਿਹਾ ਪਖੰਡੀ ਵੀ ਘਰ ਵਾਲੀ ਦੀ ਗਹਿਣੇ ਕਿੱਥੇ ਲਾਹ ਕੇ ਰੱਖਦੀ ਹੈ। ਰਾਤ ਤੜਕੇ 2 ਵਜੇ ਅੰਮ੍ਰਿਤ ਵੇਲੇ ਜੀ ਮੈਂ ਉੱਠਿਆ ਜੀ, ਉੱਠ ਕੇ ਉਹ ਸਿੰਘ ਵਾਲੇ ਵਿਚਾਰਾ ਬਾਹਰ ਨੂੰ ਗਿਆ ਸੀ, ਹੌਲੀ ਕਿਤੇ ਨੇ ਡੱਬਾ ਗਹਿਣੇ ਵਾਲਾ ਚੁੱਕਿਆ ਤੇ ਤੁਰਨ ਲੱਗਿਆ। ਅੱਗਿਓਂ ਦਰਵਾਜ਼ੇ 'ਚ ਉਹ ਆ ਗਿਆ ਘਰ ਵਾਲਾ ਸਿੰਘ, ਉਹ 'ਚ ਟਕਰਾ ਗਿਆ ਆਪਸ 'ਚ, ਉਹ ਡੱਬਾ ਗਹਿਣੇ ਵਾਲਾ ਥੱਲੇ ਡਿੱਗ ਪਿਆ। ਸਿੱਖ ਨੂੰ ਵੀ ਪਤਾ ਲੱਗ ਗਿਆ ਵੀ ਇਹ ਚੋਰ ਹੈ, ਮੇਰੇ ਘਰੇ ਪਖੰਡੀ ਆਇਆ। ਸਿੱਖ ਨੇ ਸੋਚਿਆ ਜੇ ਮੈਂ ਕਿਹਾ ਵੀ ਇਹਨੇ ਗਹਿਣੇ ਚੱਕੇ ਨੇ, ਲੋਕ ਕਹਿਣਗੇ ਤੂੰ ਤਾਂ ਸਿੱਖ ਜਾਣ ਕੇ ਠਹਿਰਾਇਆ ਸੀ, ਗੁਰੂ ਨਾਨਕ ਦੇ ਸਿੱਖ ਚੋਰ। ਉਹਨੇ ਸੋਚਿਆ ਮਹਾਰਾਜ ਦੀ ਬਦਨਾਮੀ ਹੋਊਗੀ। ਉਹਨੇ ਚੁੱਕ ਕੇ ਡੱਬਾ ਆਪਦੇ ਹੱਥੀ ਫੜਾ, ਤੁਹਾਡਾ ਜੀ ਡਿੱਗ ਪਿਆ ਸੀ, ਡੱਬਾ ਲਓ ਜੀ ਜਾਓ। ਜਦੋਂ ਕਾਫੀ ਸਮਾਂ, ਉਹਦੇ ਘਰ ਵਾਲੇ ਨੇ ਵੀ ਕਿਹਾ ਉਹ ਲੈ ਗਿਆ ਲੈ ਗਿਆ, ਕਹਿੰਦੇ ਚੁੱਪ ਕਰ ਰਿਹਾ ਬਸ, ਮਹਾਰਾਜ ਦੀ ਬਦਨਾਮੀ ਹੈ। ਉਸ ਵਕਤ ਜਦੋਂ ਸਤਿਗੁਰੂ ਮਹਾਰਾਜ ਕੋਲ ਮਿਲਣ ਗਏ 1-2 ਮਹੀਨੇ ਗੁਰੂ ਨਾਨਕ ਸਾਹਿਬ ਕੋਲੇ, ਸਤਿਗੁਰੂ ਜੀ ਉੱਠ ਕੇ ਆਪ ਆ ਰਹੇ ਨੇ, ਆ ਕੇ ਸਿੱਖ ਨੂੰ ਗਲਵੱਕੜੀ ਚ ਲੈ ਲਿਆ, ਬੱਲੇ ਪਿਆਰਿਆ ਸਾਡੀ ਇੱਜ਼ਤ ਰੱਖੀ ਆ, ਤੂੰ ਇਹ ਨਹੀਂ ਦੇਖਿਆ ਕਿ ਸਾਡੇ ਗਹਿਣੇ ਚਲੇ ਗਏ ਨੇ? ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇਸੇ ਪ੍ਰਕਾਰ ਸਿੱਖੀ ਦੀ ਲਾਜ ਰੱਖੀ ਆ। ਸਤਿਗੁਰੂ ਕਹਿੰਦੇ ਸਿੱਖ ਨੂੰ ਸਿੱਖ ਦਾ ਪਰਦਾ ਢੱਕਣਾ ਚਾਹੀਦਾ,
ਰਹਿਤਨਾਮਿਆਂ ਦੇ ਵਿੱਚ ਮਹਾਰਾਜ ਇਸ ਗੱਲ ਤੇ ਬੜਾ ਜ਼ੋਰ ਦਿੱਤਾ। ਉਹ ਅੱਜ ਦੇਖੀ ਕਿ ਰਹਿਤਨਾਮੇ ਵਾਲੀ ਪੁਸਤਕ ਕਿੱਥੇ ਲਕਾ ਤੀ ਸਿੱਖਾਂ ਨੇ, ਪਤਾ ਨੀ ਕਿੱਥੇ ਦੱਬਦੀ ਥੱਲੇ ਹੀ, ਕਦੇ ਵੀ ਨੀ ਪੜ੍ਹੀ ਹੋਣੀ ਵੀ ਉਹਦੇ ਚ ਕਿੰਨਾ ਕੁਛ ਲਿਖਿਆ ਰਹਿਤਨਾਮੇ ਚ। ਤਾਂ ਸਤਿਗੁਰੂ ਨੇ, ਲੋਕੀ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਜਿਹੜੇ ਬੰਦੇ ਨਿੰਦਾ ਕਰਦੇ ਆ ਉਹ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਖੜੇ ਆ, ਉਹ ਕੋਈ ਨੀ ਮੰਨਦੇ ਮਹਾਰਾਜ ਨੂੰ। ਜਿਹਨਾਂ ਨੇ ਨਿੰਦਾ ਕਰਨੀ ਹੈ ਉਹ ਸਤਿਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੈਗੇ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਾ ਬੰਦੇ ਦਾ ਕੰਮ ਹੀ, ਰਾਤ ਦਿਨ ਨਿੰਦਾ ਹੀ ਕਰੀ ਜਾਂਦਾ। ਪਰ ਘਰ ਜੋਹੀ ਨੀਚ ਸਨਾਤ, ਪੈਸੇ ਲੁੱਟਣ ਵਾਸਤੇ ਪਰਾਏ ਘਰਾਂ ਵੱਲ ਜੋਹੀ ਤੋਂ ਭਾਵ ਦੇਖਦਾ, ਪਰ ਘਰ ਪਰਾਈ ਇਸਤਰੀ ਵੱਲ ਬੁਰੀ ਨਿਗਾਹ ਨਾਲ ਦੇਖਦਾ ਰਹਿੰਦਾ, ਪਰ ਘਰ ਦਾ ਪਰਾਏ ਘਰ ਦੇ ਦੇਵੀ ਦੇਵਤਿਆਂ ਵੱਲ ਹੀ ਦੇਖਦਾ ਰਹਿੰਦਾ। ਇਸ ਕਰਕੇ ਨੀਚ ਤੇ ਸਨਾਤ ਹੁੰਦਾ, ਨੀਚ ਬਾਹਲਾ ਨੀਵਾਂ, ਸਨਾਤ ਭੂਤਾਂ ਪ੍ਰੇਤਾਂ ਦੀ ਇੱਕ ਜਾਤੀ ਹੁੰਦੀ। ਨਾਨਕ ਨਾਵੈ ਬਾਜ ਸਨਾਤ, ਰਹਿ ਰਾਸ ਵੀ ਆਪਾਂ ਪੜ੍ਹਦੇ ਹਾਂ, ਸਨਾਤ ਹੁੰਦੇ ਭੂਤ ਨਾ ਬਣ ਰਿਹਾ। ਕਹਿੰਦੇ ਕਾਮ ਕ੍ਰੋਧ ਤਨ ਵਸਹਿ ਚੰਡਾਲ, ਕਾਮ ਕ੍ਰੋਧ ਆਦਿਕ ਪੰਜ ਚੰਡਾਲ ਹਮੇਸ਼ਾ ਇਹਦੇ ਕੋਲੇ ਹੀ ਵਸਦੇ ਨੇ।